ਕੰਡੇ ਖੜਿਆ ਸੀ ਇਹਨਾਂ ਨੇ ਮੈਨੂੰ ਇਹਨਾਂ ਮੈਨੂੰ ਮਾਰਿਆ ਕੁੱਟਿਆ ਮੇਰੇ ਨਾਲ ਗਲਤ ਕੰਮ ਕੀਤਾ ਮਾਰ ਕੇ ਸੁੱਟਤਾ ਮੈਨੂੰ ਇਹਨਾਂ ਨੂੰ ਜਿੰਨੀ ਵੱਧ ਤੋਂ ਵੱਧ ਸਜ਼ਾ ਮਿਲਦੀ ਸਾਡੀ ਕੁੜੀ ਕੱਲ੍ਹ ਦੀ ਲੜਕੀ ਮੇਰੀ ਇੱਥੇ ਬਹੁਤ ਮਾੜੀ ਘਟਨਾ ਹੋਈ ਹੈ ਅਤੇ ਕੱਲ੍ਹ ਦੀ ਅਸੀਂ ਇੱਥੇ ਦਾਖਲ ਕਰਾਈ ਅਜੇ ਤੱਕ ਕੋਈ ਪੁਲਿਸ ਵਾਲਾ ਰਿਪੋਰਟ ਕਰਨ ਕੋਈ ਵੀ ਲੈਣ ਨਹੀਂ ਆਇਆ ਵੀ ਅਜੇ ਤੱਕ ਕੋਈ ਵੀ ਬਿਆਨ ਨਹੀਂ ਹੋਇਆ ਸਾਡੀ ਕੁੜੀ ਦਾ ਗੱਲ ਕੀ ਹੋਈ ਹੈ ਹਾਂਜੀ ਗੱਲ ਕੀ ਹੋਈ ਹੈ ਗੱਲ ਇਹ ਹੋਈ ਮਾੜੀ ਘਟਨਾ ਘਰੋਂ ਸਾਡੀ ਕੁੜੀ ਜਾਣ ਦੀ ਸਿਲਾਈ ਕਰਨ ਅਤੇ ਚੁੱਕ ਕੇ ਤਾਂ ਲੈ ਗਏ ਆ ਮੂੰਹ ਬੰਨ੍ਹ ਕੇ ਜਾ ਕੇ ਉਹਨਾਂ ਨੇ ਜਾ ਕੇ ਤਾਂ ਮਾੜਾ ਕੰਮ ਕੀਤਾ ਵਾ ਜਾ ਕੇ ਨਹਿਰ ਕੋਲ ਸੁੱਟ ਦਿੱਤੀ ਖੁੱਟ ਮਾਰ ਕੇ ਸੁੱਟ ਦਿੱਤੀ ਪਛਾਣ ਕੀ ਉਹਨਾਂ ਦੀ ਹਾਂਜੀ ਪਛਾਣ ਹੈ ਰੰਗੜ ਦੇ ਰਹਿਣ ਵਾਲਾ ਵਾ ਮੁੰਡਾ ਹਰਪ੍ਰੀਤ ਕੌਰ ਹੈ ਪਿੰਡ ਨੰਗਲ ਬੁੱਟਰ ਤੋਂ ਹੈਗੀ ਆ 17 ਸਾਲ ਦੀ ਹੈਗੀ ਕੁੜੀ ਉਹ ਸਾਡੇ ਕੱਲ੍ਹ ਕੱਲ੍ਹ ਐਡਮਿਟ ਹੋਈ ਆ ਹਸਪਤਾਲ 'ਚ ਅਤੇ ਉਹਦੇ ਬਾਰੇ ਅਸੀਂ ਜੋ ਵੀ ਇਨਫੋਰਮੇਸ਼ਨ ਹੈ ਪੁਲਿਸ ਨੂੰ ਭੇਜ ਦਿੱਤੀ ਹੈ ਕੱਲ੍ਹ ਵੀ ਭੇਜ ਦਿੱਤੀ ਹੈ ਉਹਨੂੰ ਫਸਟ ਏਡ ਟ੍ਰੀਟਮੈਂਟ ਸਾਰਾ ਕੁਝ ਦੇ ਦਿੱਤਾ ਗਿਆ ਉਹਦੀ ਮੈਡੀਸਿਨ ਸਵੇਰੇ ਸ਼ਾਮ ਜੋ ਵੀ ਹੈ ਚੱਲ ਰਹੀ ਹੈ ਇੱਥੇ ਅਤੇ ਅੱਗੇ ਦੀ ਕਾਰਵਾਈ ਅਸੀਂ ਜੋ ਵੀ ਕਰਨੀ ਹੈ ਉਹ ਸਾਨੂੰ ਪੁਲਿਸ ਦੀ ਫਰਦਰ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਏਗੀ ਮਾਮਲਾ ਕੀ ਹੈ ਮਾਮਲਾ ਜੋ ਵੀ ਹੈ ਆਪਾਂ ਪੁਲਿਸ ਦੀ ਸਾਡੇ ਕੋਲ ਰਿਪੋਰਟ ਜੋ ਵੀ ਉਹ ਮਾਮਲਾ ਪੁਲਿਸ ਦੇਖਣਗੇ ਨਾ ਕੀ ਹੈਗਾ ਪੁਲਿਸ ਦੀ ਰਿਪੋਰਟ ਜਿਹੜਾ ਉਹ ਅਸੀਂ ਐਗਜ਼ਾਮੀਨੇਸ਼ਨ ਅੱਗੇ ਜਿਹੜੀ ਜੋ ਵੀ ਕਰਨਾ ਉਹ ਪੁਲਿਸ ਦੀ ਰਿਪੋਰਟ ਤੋਂ ਬਾਅਦ ਹੀ ਕਰਨਾ ਪੁਲਿਸ ਸਾਡੇ ਕੋਲ ਆਊਗੀ ਸਾਨੂੰ ਕਹੂਗੀ ਕਿ ਇਹਦਾ ਐਗਜ਼ਾਮੀਨੇਸ਼ਨ ਕਰੋ ਜੋ ਵੀ ਹੈ ਉਸ ਤੋਂ ਬਾਅਦ ਹੀ ਅਸੀਂ ਕਰਨਾ ਜੋ